ਉਸ ਸਮੇਂ ਅਮਰਦਾ ਬਿਰਕ ਮਨਮੋਹਣ ਸੰਧੂ ਨਾਲ ਦਰਦਾਰ ਸੰਧੂ ਦੇ ਲੜਕੇ ਨਾਲ ਉਹ ਅਮਰੀਕਾ ਟੂਰ ਤੇ ਗਈ ਹੋਈ ਸੀ ਉੱਥੇ ਕਿਤੇ ਨਾ ਗੱਲ ਚੱਲ ਪਈ ਤੁਹਾਡੇ ਕੋਲ ਕੰਮ ਕਿੰਨਾ ਕਾ ਇੰਨਾ ਕਾ ਸਾਡੇ ਕੋਲ ਇੰਨਾ ਕੰਮ ਹੈ ਬਾਈ ਜੀ ਕਹਿੰਦੇ ਸਾਡੇ ਕੋਲ ਵੀ ਬਹੁਤ ਹੈ ਪਰਮਾਤਮਾ ਦੀ ਮਿਹਰ ਹੈ ਉਹ ਕਹਿੰਦੇ ਬਾਈ ਜੀ ਮੈਨੂੰ ਲੈ ਜਾ ਕਰੋ ਸਾਨੂੰ ਅਸਲ ਦੇ ਵਿੱਚ ਇੰਦਰ ਕੁੜੀਆਂ ਤੰਗ ਕਰਦੀਆਂ ਸੀ ਜੀ ਜੀ ਉਹ ਕਰੇ ਦਾ ਲੁਧਿਆਣੇ ਤੋਂ ਆਉਣਾ ਆਉਣਾ ਹੀ ਇੱਥੇ 12 ਵਜੇ ਅਸੀਂ ਚੱਲਣਾ ਇੱਥੋਂ 10 ਵਜੇ ਹੁੰਦਾ 12 ਵਜੇ ਆਉਣਾ 2 ਘੰਟੇ ਅੱਗੇ ਫਿਰ ਪਰੇਸ਼ਾਨੀ ਸਾਨੂੰ ਆਉਣੀ ਹੁੰਦੀ ਜੋ ਤੰਗ ਕਰਦੀਆਂ ਸੀ ਜੀ ਬਾਈ ਜੀ ਪਰੇਸ਼ਾਨ ਸੀ ਫਿਰ ਉਹਨਾਂ ਨੇ ਅਮਰਦਾ ਨੂੰ ਕਹਦਾ ਕੋਈ ਗੱਲ ਨਹੀਂ ਤੂੰ ਸਾਡੇ ਨਾਲ ਚੱਲਿਆ ਕਰੋ ਆ ਕੇ ਨੰਬਰ ਦਿੱਤਾ ਲੈਂਡਲਾਈਨ ਨੰਬਰ ਹੁੰਦੇ ਉਦੋਂ ਮੋਬਾਈਲ ਤਾਂ ਹੁਣ ਹੁੰਦੇ ਨਹੀਂ ਸੀ ਐਡਰੈਸ ਦਿੱਤਾ ਵੀ ਉੱਥੋਂ ਕੁੜੀ ਲਿਆਓ ਸੀ ਲਿਆ ਕੇ ਅਮਰਦਾ ਨੂੰ ਦੋ ਤਿੰਨ ਦਿਨ ਤਿਆਰੀ ਕਰਵਾਈ ਅਮਰਦਾ ਦਾ ਪਹਿਲਾ ਪ੍ਰੋਗਰਾਮ ਮੋਗੇ ਦੇ ਵਿੱਚ ਅ ਲਾਇ ਸੀ ਐਸੀ ਸਾਡਾ ਮਿੱਤਰ ਸੀਗਾ ਗੀਤਕਾਰ ਕੋਟੀ ਸੀਗਾ ਟਿਪਾਂ ਦੀ ਦੁਕਾਨ ਕਰਦਾ ਜੀ ਉਹ ਉਹਦੇ ਗਲੋਟੀ ਵਾਲਾ ਹੀਰੋ ਗਲੋਟੀ ਵਾਲਾ ਉਹਦੇ ਬਹਿਚ ਲਾਇਆ ਸੀਗਾ ਉਸ ਤੋਂ ਬਾਅਦ ਅਮਰਤਾ ਦੇ ਕਿ 21ਵੀਂ ਚਮਕ ਗਈ ਕਿ ਨਾਲ ਕਿਸਮਤ ਵੀ ਚਮਕੀ ਸਾਡਾ ਵੀ ਵਧੀਆ ਦੋ ਸੀਜ਼ਨ ਵਧੀਆ ਲੱਗੇ ਬਸ ਉੱਥੋਂ ਸਾਡਾ ਇਹ ਮੇਲ ਹੋਇਆ ਜੀ ਅਮਰਤਾਵਰ ਅਮਰਤਾਵਰ ਕੇ ਨਾਲ ਵਧੀਆ ਸੁਭਾਦੀ ਸੀ ਚਲੋ ਉਹਨੇ ਸਭ ਪਰਮਾਤਮਾ ਨੇ ਉਹਦੀ ਕਿਸਮਤ ਨੂੰ ਚਾਰ ਚੰਨ ਲਾਏ ਖੁਸ਼ੀ ਦੀ ਗੱਲ ਹੈ ਪਰ ਉਹ ਇੱਥੋਂ ਹੀ ਹੈ ਅੱਜ ਵੀ ਉਹ ਮੰਨਦੇ ਨੇ ਅਮਰਤਾ ਜੀ ਮਿਲਦੇ ਆ ਮਿਲਦੇ ਰਹਿੰਦੇ ਉਹਨਾਂ ਨਾਲ ਵੀ ਪਰਵਾਹ ਵਾਲਾ ਕੰਮ ਹੈ ਪਰ ਅੱਜ ਵੀ ਉਹ ਕਹਿੰਦੇ ਸਾਡੀ ਕਰਮ ਮੂਮੀ ਮੇਜਰ ਰਾਸਤਨੀ ਦਾ ਘਰ ਹੈ ਜੀ ਜੀ ਕਹਿੰਦੇ ਨਹੀਂ ਬਿਲਕੁਲ ਜੀ ਇਹ ਗੱਲ ਸਹੀ ਹੈ ਕਿਉਂਕਿ ਮੈਂ ਉਹਨਾਂ ਦੀ ਇੱਕ ਮੁਲਾਕਾਤ ਵੀ ਸੁਣ ਰਿਹਾ ਸੀ ਉਹਦੇ ਵਿੱਚ ਉਹ ਮੇਜਰ ਰਾਸਤਨੀ ਹੋਰਾਂ ਦੀ ਬੜੀ ਤਾਰੀਫ ਕਰ ਰਹੇ ਸੀ ਕਿ ਮੈਂ ਸ਼ੁਰੂਆਤ ਉੱਥੋਂ ਕੀਤੀ ਸੀ ਕਿ ਬਾਅਦ ਦੇ ਵਿੱਚ ਵੀ ਮੈਨੂੰ ਬੜਾ ਸਭ ਕੁਝ ਬੜਾ ਕੁਝ ਮੈਂ ਸਿੱਖਿਆ ਉਹਨਾਂ ਦੀ ਗਾਇਕੀ ਤੋਂ ਜੀ ਇਹ ਗੱਲ ਇਦਾਂ ਸੀ ਗੱਡੀ ਦੇ ਵਿੱਚ ਆ ਰਹੇ ਸੀ ਅਸੀਂ ਅਮਰਤਾ ਨੂੰ ਮਜ਼ਾਕੀ ਵਿੱਚ ਮਜ਼ਾਕੀ ਕਹਿੰਦੇ ਤਾਂ ਅਸੀਂ ਸੀਰੀਅਸ ਹੀ ਸੀ ਪਰ ਚੌਰਜ ਕਹਿ ਰਹੇ ਸੀ ਅਮਰ ਦਾ ਤਰੀ ਆਵਾਜ਼ ਸਾਡ ਸੌਂਗਾਂ ਵਾਲੀ ਬਹੁਤ ਵਧੀਆ ਹੈ ਕੋੜੇ ਟੇਪ ਕਰ ਦੇ ਜੀ ਉਹ ਕਹਿੰਦੀ ਮੇਰੀ ਟੇਪ ਕਿਹਨੇ ਕਰਨੀ ਹੈ ਗਰੀਬਾਂ ਦੀ ਚਲੋ ਸਾਡੇ ਕੋਲੇ ਪਰਮਾਧ ਦਾ ਤਾਂ ਕੰਮ ਇੰਨਾ ਸੀਗਾ ਜੀ ਸਾਡਾ ਸੀਜ਼ਨ ਜਿਹੜਾ ਖਤਮ ਹੋਇਆ ਘਰੋਂ ਮੈਂ ਨਵੀਂ ਨੀ ਮੰਮਾ ਨੂੰ ਕਿਹਾ ਜੀ ਮੈਂ ਆਪਣਾ ਹਿਸਾਬ ਕਰ ਦਈਏ 45000 ਰੁਪਿਆ ਤਕਰੀਬਨ ਮੇਰੇ ਯਾਰਾ ਮੈਂ ਅਮਰ ਦਾ ਚੱਕ ਟੇਪ ਕਰਾ ਲੈ ਹੋਰ ਚਾਹੀਦਾ ਹੋਰ ਲੈ ਲੈਣਾ ਜੀ ਉਹ ਕਹਿੰਦੀ ਕੋਈ ਨਾ ਬਹੁਤ ਰੇਕ ਕਰਦੇ ਕਰਾਉਂਦੀ ਜੀ ਸਾਡੇ ਲਿੰਕ ਚ ਬੂਟਾ ਭਾਈ ਰੂਪਾ ਸੀ ਦੀਪਾ ਘੋਲਿਆ ਸੀਗੇ ਉਹਨਾਂ ਨੂੰ ਵੀ ਟੇਪ ਕਰਤੀ ਪਰ ਕੁਝ ਵੀ ਹੈ ਇਹਨੂੰ ਹੀ ਕਰਮਭੂਮੀ ਮੰਨਦੀ ਐ ਐਸੇ ਘਰ ਤੋਂ ਇੱਥੇ ਤਿਆਰੀ ਹੋਈ ਐ ਇੱਥੇ ਟੇਪ ਆਈ ਐ ਉਹਦੀ ਜੀ 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 ਟੇਪ ਆਉਣ ਤੋਂ ਬਾਅਦ ਵੀ ਸੜਨਾ ਪ੍ਰੋਗਰਾਮ ਤੇ ਜਾਂਦੀ ਰਹੀ ਐ ਉਸ ਤੋਂ ਬਾਅਦ ਪਰਮਾਤਮਾ ਨੇ ਉਹਦੀ ਸੁਣ ਲਈ ਜੀ ਜੀ ਚਲੋ ਜੀ ਭਾਜੀ ਸਾਲ ਦੇ ਕਿੰਨੇ ਕ ਪ੍ਰੋਗਰਾਮ ਜਿਹੜੇ ਲਾਉਂਦੇ ਜਦੋਂ ਤੁਸੀਂ ਦੱਸਿਆ ਕਿ ਸੀਜ਼ਨ ਤਾਂ ਪੂਰਾ ਬੋਕੀ ਰਹਿੰਦਾ ਸੀ ਇੱਕ ਸਾਲ ਦੇ ਜੇ ਆਪਾਂ ਏਡ-ਗੇਡ ਜਾਂ ਮਨੀਆਂ ਕਿੰਨੇ ਕ ਲਾਉਂਦੇ ਸੀ ਮੇਲੇ ਵਿਆਹ ਸਾਧੀਆਂ ਦੋ-ਦੋ ਤਾਂ ਹੜੇ ਆਮ ਹੀ ਹੋ ਜਾਂਦੇ ਸੀਗੇ ਜੀ ਵਿਆਹ ਸਾਧੀਆਂ ਮੇਲੇ ਦਾ ਇੱਕ ਸ਼ਗਨ ਦਾ ਲਾਉਂਦੇ ਦੂਜਾ ਵਿਆਹ ਦਾ ਲਾਉਂਦੇ ਸੀ ਜੀ ਇੱਕ ਵਾਰੀ ਮੇਰੇ ਜਿਆਦਾ ਜੀ ਕਿਉਂ ਮਨ ਲਗੀ ਅਸੀਂ 281 ਪ੍ਰੋਗਰਾਮ ਲਾਇਆ ਸੀ ਜੀ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ 365 ਦਿਨ ਦਾ ਸੀ 365 ਦਿਨ ਦੇ ਵਿੱਚ 281 ਲਾਇਆ ਸੀ ਉਸੇ ਸਾਲ 4 ਲਾਇਏ ਨੇ ਜੀ ਜੀ ਜਿਹੜੇ 4 ਲੱਗੇ ਨੇ ਇੱਕ ਦਿਨ ਦੀ ਉਸੇ ਸਾਲ ਦੇ ਦੋ ਤਾਂ ਸਾਡੇ ਰੁਟੀਨ ਦੇ ਵਿੱਚ ਇੱਕ ਸ਼ਗਨ ਦਾ ਇੱਕ ਵਿਆਹ ਦਾ ਇੱਕ ਵਿਆਹ ਦਾ ਲਾ ਕੇ ਸ਼ਾਮ ਨੂੰ ਮੇਲਾ ਵੀ ਲਾ ਆਉਂਦੇ ਜੀ ਜੀ ਸਾਡੀ ਟੀਮ ਬਹੁਤ ਤਕੜੀ ਸੀ ਬਹੁਤ ਹੌਸਲੇ ਬਰੰਦ ਸੀ ਸਾਡੇ ਜੀ ਜੀ ਬਾਈ ਜੀ ਫਿਰ ਇੰਨੀ એનર્ਜੀ ਇੰਨੀ ਕਿਉਂਕਿ ਦੇਖੋ ਠਿਕਾਵਟ ਤਾਂ ਹੋਣੀ ਆ ਜਦੋਂ ਸਵੇਰ ਚੱਲਣਾ ਸ਼ਾਮ ਤੱਕ ਪ੍ਰੋਗਰਾਮ ਪ੍ਰੋਗਰਾਮ ਲਾਉਣਾ ਉਸ ਤੋਂ ਬਾਅਦ ਫੇਰ ਸਫਰ ਕਰਨਾ ਫਿਰ ਇੰਨੀ એનર્ਜੀ ਕਿੱਥੋਂ ਆਉਂਦੀ ਸੀ એનર્ਜੀ ਇਹ ਹੈ ਜੀ ਸਾਡਾ ਬਾਈ ਬਾਦਸ਼ਾਹ ਸੀ ਜੀ ਜੀ ਮੈਂ ਹਾਂ ਗੱਡੀ ਮੈਂ ਰਕਵੋਣੀ ਹੁੰਦੀ ਰੋਕੀ ਯਾਰ ਕੀ ਗੱਲ ਹਾਂ ਸਾਡੀ ਇਕੱਲਾ ਇਕੱਲਾ ਮਾਲਕ ਸੀ ਗੁਰਪਤਾ ਜੀ ਹਾਂ ਮੇਰੇ ਕੀ ਖਾਣਾ ਹੈ ਬਈ ਕੇਲੇ ਫਲਾ ਦੋ ਅੱਜ ਹੌਣ ਦਿਓ ਹਾਂ ਸੰਤਰੇ ਫੜਦਾ ਹੌਣ ਅਸੀਂ ਗਰੁੱਪ ਜੀ ਕਿਤੇ ਭਜ ਨੱਟਦਾ ਸਾਨੂੰ ਬਹੁਤ ਸੀਗੀ ਪਰ ਅਸੀ ਕਿਤੇ ਭੁੱਖੇ ਨਹੀਂ ਰਹਨਦੇ ਸੀਗੇ એનર્ਜੀ ਆਟੋਮੈਟਿਕ ਹੀ ਆਈ ਜਾਣੀ ਐ ਕੋਸ ਖਾਣਾ ਪੀਣਾ ਮੁੰਡਿਆਂ ਨੂੰ ਮੂੰਹੋਂ ਕਹਿਣ ਨਹੀਂ ਹੁੰਦਾ ਸੀ ਯਾਡ ਬਾਈ ਇੱਕ ਵਾਰੀ ਐਦਾਂ ਦੀ ਗੱਲ ਹੋਈ ਐ ਲੇਟ ਫੇਟ ਜੇ ਹੋ ਗਏ ਕਿਤੇ ਪ੍ਰੋਗਰਾਮ ਤੇ ਅਸੀਂ ਕਹੇ ਬਾਈ ਰੋਟੀ ਖਾਣੀ ਪਹਿਲਾਂ ਕਹਿੰਦਾ ਨਹੀਂ ਪਪਾ ਪਹਿਲਾਂ ਪ੍ਰੋਗਰਾਮ ਲਾ ਲੀਏ ਮਾ ਮੁੰਡਿਆਂ ਕਹਿੰਦੇ ਮੈਂ ਬਾਈ ਨੇ ਅੱਜ ਪਪਾ ਨੂੰ ਪ੍ਰੋਗਰਾਮ ਲਵਾਇਆ ਕਹਿੰਦੇ ਵੀ ਹਾਂ ਲਾਉਣਾ ਪਹਿਲਾਂ ਆਪਾਂ ਪਕਾਤੀ ਕਹਿੰਦੇ ਹੁਣ ਮੈਂ ਆਪਣੀ ਭੁੱਗੂ ਪਾਲ ਦੇ ਢਾਬੇ ਤੇ ਅਸੀਂ ਮਲੋੜ ਬੈਠ ਗਏ ਜਿਹੜੀ ਅਸੀਂ 6-7 ਸੌ ਰੋਟੀ ਖਾਂਦੇ ਉਹਨਾਂ ਨੇ ਚੱਕ ਲਏ ਫੱਟੇ ਜੀ 2260 ਰ 260 ਰੁਪਏ ਬਾਈ ਦੇ ਕੇ ਕਹਿੰਦਾ ਚੱਕ 200 ਰੁਪਏ ਪਾਲ ਹੋਰ ਹਾਂ ਇਹਨਾਂ ਨੂੰ ਕੱਲੇ-ਕੱਲੇ ਨੂੰ ਦੁੱਧ ਦਾ ਗਲਾਸ ਪਿਆ ਜੀ ਵਾਹ ਜੀ ਵਾਹ ਸਾਡੇ ਅੱਖਾਂ ਚੋਂ ਪਾਣੀ ਆ ਗਿਆ ਉਸ ਟਾਈਮ ਕਿ ਅਸੀਂ ਹੁੰਪ ਕੇ 260 ਲਵਾਏ ਸੀ ਚੱਟ ਦਾ ਜਾਨਵਾਰ ਦਾ ਫਿਰਦਾ ਸਾਡੇ ਤੇ ਬਾਈ ਕਿਹੜੇ ਟਾਈਮ ਦੀ ਗੱਲ ਆ ਇਹ ਇਹ 98 ਦੀ 98 ਦੇ ਵਿੱਚ 260 ਬੜੀ ਵੱਡੀ ਗੱਲ ਬਹੁਤ ਵੱਡੀ ਗੱਲ 260 ਮੈਂ ਕਹਾਂ ਜੀ ਜੀ 260 ਦੇ ਕੇ 200 ਨੂੰ ਹੋਰ ਦਿੱਤਾ ਪਾਲ ਵੀ ਹਲੇ ਉਹਨਾਂ ਦੇ ਉਹ ਹੈਗੇ ਨਹੀਂ ਗੱਲ ਕਰ ਰਹੇ ਆ ਉਧਰ ਉਸ ਤੋਂ ਬਾਅਦ ਮੈਂ ਕਾਫੀ ਕਲਾ ਕਰਨ ਲੱਗਿਆ ਉਧਰ ਜਾਂਦੇ ਮੈਂ ਮਿਲ ਕੇ ਆਉਣਾ ਪਛਾਣ ਲਿਆ ਮੈਂ ਕਰਕੇ ਉਹ ਗੱਲ ਹਾਲੇ ਵੀ ਉਹਨਾਂ ਦੀ ਯਾਦ ਆ ਜੀ ਪਾਲ ਮਲੋਟ ਪਾਲ ਦੇ ਟਾਬੇ ਤੇ ਜਿਹਨ ਚੋਂ ਉਹਨਾਂ ਦੇ ਕਿਨੀ ਜਾ ਹਾਂ